अमरदास सुख कंद, रामदास अर्जन गुरु, बर श्री हर गोबिंद, हरि राय हर कृष्ण गुर, बर तेग बहादुर चंद, दसवें गोबिंद सिंह गुर, नमो जोर कर बंद, जिसमह अमृत ज्ञान है, माणक भगत बैराग, गुरु ग्रंथ साहिब उद्द, बंदों कर अनुराग, सतगुर मम बेरी कटहो, निज बेरी पर चार, एह बेरी होए भव सफल, बिन बेरी कर पार, एकंकारा सतगुरु तेहे प्रसाद सच होए, वाहे गुरु जी की फतेह, बिघ्न विनाशन सोए, वाहे गुरु जी की फतेह, बिघ्न विनाशन सोए। धन धन सच्चे पातशाह, गरीब नवाज, अंतरजामी, मेहरबान, दीन दयाल, कृपाल, अंतरजामी, पूरन पार ब्रह्म परमेश्वर, वाहिगुरु अकाल पुरख स्वरूप, सच्चे पातशाह, लोक परलोक विच दासां गरीबां दी इज्जत रखण वाले, मेहर करन वाले, बख्शिशां करन वाले, सच्चे पातशाह जी महाराज, सदा ही सहाई होण वाले दातार पातशाह, धन धन अंतरजामी सच्चे पातशाह जी महाराज, धन धन सतगुरु, धन धन श्री गुरु ग्रंथ साहिब जी महाराज। गुरु ग्रंथ साहिब बड़े ही प्रेम नाल सारी संगत उच्चारण करो जी, धन धन श्री गुरु ग्रंथ साहिब जी महाराज। जी महाराज, गुरु ग्रंथ साहिब जी महाराज, फिर आखो जी, धन धन श्री गुरु ग्रंथ साहिब जी महाराज। श्री गुरु ग्रंथ साहिब जी महाराज, दास दी ते अपनी हाजरी सच्चे पातशाह जी दी पवित्र गोद विच लवाओ, चरणां विच लवाओ, दोवें हथ जोड़ गज के फतेह बुलाओ जी। वाहिगुरु जी का खालसा, वाहिगुरु जी की फतेह। ज्योति जोत रली, 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 ज्योति जोत रली। अज साध संगत जी, जिथे गुरु छेवें पातशाह महाराज जी का ज्योति जोत वाला प्रसंग है, उथे कुदरती सतगुरु श्री गुरु रामदास साहिब महाराज जी का भी ज्योति जोत दिन है जी। शरीर संकोचन वाला दिन, जेड़ा प्रेमी है ना जी, प्रेमी जिहड़े हिरदे विच प्यार है, उहदे वास्ते ये जेड़ा सीन है, ये जेड़ा दृश्य है, वह बड़ा वेखना ते सुनना कठिन है जी। वेखना भी बड़ा कठिन है ते सुनना भी कठिन है। क्यों? साडा जिहदे नाल प्यार हुंदा है,
ਆਪਾਂ ਚਾਹੁੰਦੇ ਹਾਂ ਵੀ ਉਹ ਸਾਨੂੰ ਸਦਾ ਹੀ ਵੇਖਦਾ ਰਹੇ ਅਤੇ ਸਾਡਾ ਪਿਆਰ ਬਣਿਆ ਰਹੇ ਜੀ। ਦੁਨੀਆਂ ਦੇ ਕਿਸੇ ਬੰਦੇ ਨਾਲ ਪਿਆਰ ਪੈ ਜੇ ਬੰਦਾ ਉਹਦਾ ਵਿਛੋੜਾ ਨਹੀਂ ਚੱਲ ਸਕਦਾ, ਜਿਹਦਾ ਪਿਆਰ ਸਤਿਗੁਰੂ ਦੇ ਘਰ ਨਾਲ ਪੈ ਜੇ, ਗੁਰੂ ਜੀ ਨਾਲ ਪੈ ਜੇ, ਉਹਦਾ ਅੰਦਰ ਕਿਹਸਾ ਬਣਿਆ ਹੋਏਗਾ ਜੀ। ਹਾਂਜੀ, ਪ੍ਰਸੰਗ ਸੁਣਨਾ, ਮਨ ਬਿਰਤੀਆਂ ਸਾਡੀਆਂ ਉਸ ਹਾਲਾਤ ਵਿੱਚ ਪਹੁੰਚ ਜਾਣ, ਉਸ ਸਮੇਂ ਵਿੱਚ ਪਹੁੰਚ ਜਾਣ ਪਤਾਲਪੁਰੀ ਸਾਹਿਬ ਦੇ ਵਿੱਚ, ਜਿਸ ਥਾਂ 'ਤੇ ਸਤਿਗੁਰਾਂ ਨੇ ਆਪਣੇ ਵਾਸਤੇ ਇੱਕ ਕੋਸ਼ਟ ਕੋਠਾ ਕਮਰਾ ਤਿਆਰ ਕਰਵਾਇਆ ਸੀ, ਔਰ 49 ਸਾਲਾਂ ਦੀ ਉਮਰ, ਅਜੇ ਪੂਰੇ 50 ਸਾਲ ਨਹੀਂ ਸੀ ਹੋਏ ਉਮਰ ਨੂੰ ਜੀ। ਹਾਂਜੀ, ਬੜੇ ਬੜੇ ਬਜ਼ੁਰਗ ਅਵਸਥਾ ਦੇ ਸਿੱਖ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਜੀ, ਪਰ ਸੱਚੇ ਪਾਤਸ਼ਾਹ ਮਹਾਰਾਜ ਜ਼ਿੰਦਗੀ ਦੇ ਬੜੇ ਥੋੜ੍ਹੇ ਜਿਹੇ ਸਮੇਂ ਵਿੱਚ ਪ੍ਰਭਪੁਰੀ ਪਿਆਨਾ ਕੀਤਾ ਜੀ ਮਹਾਰਾਜ ਨੇ। ਗੁਰੂ ਰਾਮਦਾਸ ਜੀ ਦਾ ਵੀ ਅੱਜ ਦਿਨ ਹੈ। ਗੁਰਮੁਖੋ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ 'ਤੇ 49 ਸਾਲ, ਗੁਰੂ ਰਾਮਦਾਸ ਜੀ ਦੀ ਸਰੀਰਕ ਉਮਰ ਸਾਰੀ 47 ਸਾਲ ਸੀਗੀ ਜੀ। ਹਾਂਜੀ, ਕੋਈ ਬਹੁਤੀ ਵੱਡੀ ਉਮਰ ਨਹੀਂ ਸੀ ਹੈਗੀ ਜੀ। ਇਹ ਸਾਨੂੰ ਸਿੱਖਿਆ ਜੀ ਬੜੀ ਵੱਡੀ ਜੀ, ਸਾਨੂੰ ਸਿੱਖਿਆ ਮਹਾਰਾਜ ਇਸ ਸੰਸਾਰ ਵਿੱਚ ਜਿੰਨੇ ਵੀ ਜੀਵ ਨੇ, ਜਿੰਨੇ ਵੀ ਤੁਸੀਂ ਗੁਰੂ ਕੇ ਸਿੱਖ ਕਥਾ ਨਾਲ ਜੁੜੇ ਹੋ, ਕਥਾ ਸੁਣ ਰਹੇ ਹੋ, ਸਤਿਗੁਰੂ ਕਿਰਪਾ ਕਰੇ ਤੁਹਾਨੂੰ ਲੰਮੀ ਲੰਮੀ ਉਮਰ ਬਖਸ਼ਿਸ਼ ਕਰੇ ਅਤੇ ਆਪਣੇ ਚਰਨਾਂ ਨਾਲ ਪਿਆਰ ਬਖਸ਼ਿਸ਼ ਕਰੇ ਜੀ ਗੁਰੂ ਜੀ। ਹਾਂਜੀ, ਵੈਸੇ ਉਹ ਉਮਰ ਵੀ ਕਿਸੇ ਲੇਖੇ ਨਹੀਂ ਜੀ ਜਿਸ ਉਮਰ ਵਿੱਚ ਪਿਆਰ ਨਾ ਪੈਦਾ ਹੋਇਆ ਰੱਬ ਨਾਲ ਜੀ। ਸੰਸਾਰੀ ਕੰਮਾਂ ਵਿੱਚ ਜਿਹੜੀ ਬਤੀਤ ਹੋ ਜਾਏ, ਕਾਹਦੀ ਉਮਰ ਹੈਗੀ ਜੀ ਉਹ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਸੁਰਤੀਆਂ ਇਕਾਗਰ ਕਰੋ, ਆਖੋ ਸਾਰੇ ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ। ਤੁਸੀਂ ਇੱਕ ਹਿਸਾਬ ਲਾਓ, ਬਹੁਤ ਸਾਰੇ ਗੁਰਮੁਖ ਗੁਰਸਿੱਖ ਗੁਰੂ ਜੀ ਦੇ ਪਿਆਰੇ, ਉਹਨਾਂ ਦੀ ਮਨ ਦੀ ਇੱਛਾ ਸੀ ਵੀ ਅਸੀਂ ਗੁਰੂ ਜੀ ਦੇ ਸਾਹਮਣੇ ਸਰੀਰ ਛੱਡੀਏ ਜੀ। ਬੜਿਆਂ ਨੇ ਛੱਡਿਆ, ਜਿਨ੍ਹਾਂ ਵਿੱਚ ਵੱਡੇ ਪੱਧਰ 'ਤੇ ਨਾਮ ਆਪਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਲੈਂਦੇ ਹਾਂ ਜੀ। ਹਾਂਜੀ, ਉਹਨਾਂ ਆਖਿਆ ਵੀ ਗੁਰੂ ਜੀ ਦੇ ਸਾਹਮਣੇ ਸਰੀਰ ਤਿਆਗਣਾ। ਸਿਪਾਹੀ ਸਾਈ ਦਾਸ ਜੀ, ਬੀਬੀ ਰਾਮੋ ਜੀ, ਧੰਨ ਮਾਤਾ ਦਮੋਦਰੀ ਸਾਹਿਬ ਜੀ, ਸਾਰਾ ਹੀ ਪਰਿਵਾਰ, ਹੋਰ ਗੁਰੂ ਕੇ ਸਿੱਖ, ਮਾਈ ਭਾਗ ਪਰੀ, ਬੜੇ ਸਿੱਖ, ਭਾਈ ਜਾਤੀ ਮਲਕ ਜੀ, ਹੋਰ ਸਿੱਖ, ਇਹਨਾਂ ਸਾਰਿਆਂ ਦੀ ਇੱਛਾ ਸੀ ਵੀ ਸਤਿਗੁਰੂ ਦੇ ਸਾਹਮਣੇ ਸਰੀਰ ਛੱਡ ਦਈਏ ਜੀ। ਬਾਬਾ ਬੁੱਢਣ ਸ਼ਾਹ ਜੀ ਨੂੰ ਗੁਰੂ ਜੀ ਨੇ ਪੁੱਛਿਆ ਸੀ, ਬੁੱਢਣ ਸ਼ਾਹ ਤੇਰੀ ਉਮਰ ਹੋਰ ਵਧਾ ਦਈਏ? ਉਹ ਕਹਿਣ ਲੱਗੇ, ਸਤਿਗੁਰੂ, ਵੱਡੇ ਵੱਡੇ ਜੋਗੀ ਇਸ ਗੱਲ ਨੂੰ ਤਰਸਦੇ ਨੇ ਵੀ ਜ਼ਿੰਦਗੀ ਦੇ ਅੰਤਮ ਸਮੇਂ ਤੱਕ ਦਰਸ਼ਨ ਹੋ ਜਾਣ, ਅਤੇ ਮੈਨੂੰ ਤੇ ਰੱਬ ਦੇ ਸਰਗੁਣ ਰੂਪ ਦੇ ਦਰਸ਼ਨ ਹੋ ਰਹੇ ਨੇ, ਖੁਦ ਸਰਗੁਣ ਪਰਮੇਸ਼ਰ ਮੇਰੇ ਸਾਹਮਣੇ ਬੈਠਾ ਅਤੇ ਮੈਨੂੰ ਛੁੱਟੀ ਦੇ ਦਿਓ ਜੀ। ਉਹ ਸਤਿਗੁਰੂ ਜਦੋਂ ਆਪ ਸਰੀਰ ਤਿਆਗਿਆ ਹੋਏਗਾ ਗੁਰੂ ਜੀ ਨੇ, ਕੈਸਾ ਸਮਾਂ ਬਣਿਆ ਹੋਏਗਾ ਜੀ। ਲੜੀਵਾਰ ਕਥਾ ਸੁਣੋ, ਮਹਾਰਾਜ ਪਤਾਲਪੁਰੀ ਸਾਹਿਬ ਵਾਲੇ ਅਸਥਾਨ 'ਤੇ ਬੈਠੇ ਨੇ, ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਬੇਅੰਤ ਸੰਗਤਾਂ ਆ ਕੇ ਪਹੁੰਚੀਆਂ, ਸੰਗਤਾਂ ਨੇ ਉਪਦੇਸ਼ ਵੀ ਮੰਗਿਆ, ਗੁਰੂ ਜੀ ਨੇ ਉਪਦੇਸ਼ ਦਿੱਤਾ, ਭਾਈ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਇਹ ਉਪਦੇਸ਼ ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਨੂੰ ਬਖਸ਼ਿਸ਼ ਕੀਤਾ। ਹੁਣ ਇਹਦੇ ਤੋਂ ਅੱਗੇ ਕਥਾ ਜੋ ਚੱਲਣੀ ਹੈ ਉਹ ਆਪ ਜੀ ਬੜੇ ਪ੍ਰੇਮ ਦੇ ਨਾਲ ਸੁਣੋ। ਸਭ ਸੰਗਤਾਂ ਦੋਵੇਂ ਹੱਥ ਜੋੜੋ ਅਤੇ ਗੱਜ ਕੇ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤਾਂ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਸਾਹਿਬ ਜੀ, ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਭ ਕੁਟੰਬਕ ਦੀਨ ਦਲਾਸਾ,
ਸੋਕ ਨਾ ਧਰਹੁ ਆਨੰਦ ਪ੍ਰਗਾਸਾ। ਸਤਿਗੁਰੂ ਨੇ ਆਪਣੀ ਸਾਰੀ ਸੰਗਤ ਨੂੰ ਆਖਿਆ, ਸਾਨੂੰ ਵੀ ਆਖਿਆ, ਤੁਹਾਨੂੰ ਆਖਿਆ, ਸਭ ਨੂੰ ਆਖਿਆ ਗੁਰੂ ਜੀ ਨੇ, ਭਾਈ ਸਾਰੀ ਸੰਗਤ ਹੀ ਮੇਰਾ ਪਰਿਵਾਰ ਹੈ, ਤੁਸੀਂ ਜਿੰਨੇ ਵੀ ਹੋ ਮੇਰਾ ਪਰਿਵਾਰ ਹੀ ਬੈਠੇ ਹੋ। ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਇਹ ਧਰਵਾਸਾ ਦਿੱਤਾ, ਦਿਲਾਸਾ ਦਿੱਤਾ ਗੁਰੂ ਕਿ ਸਿੱਖੋ, ਸਾਡੇ ਸਰੀਰ ਛੱਡਣ ਤੋਂ ਬਾਅਦ ਤੁਸੀਂ ਰੱਤੀ ਮਾਤਰ ਵੀ ਥੋੜ੍ਹਾ ਜਿੰਨਾ ਵੀ ਬੈਰਾਗ ਨਹੀਂ ਕਰਨਾ ਅਤੇ ਆਨੰਦ ਧਾਰ ਕੇ ਰੱਖਣਾ ਜੀ। ਹਾਂਜੀ। ਚਾਹੋ ਦਿਸ ਤੇ ਨਮਰੀ ਸਭ ਕੋਏ, ਕੋਸ਼ਠ ਵਿਖੇ ਪ੍ਰਵੇਸ਼ਨ ਹੋਏ। ਸੱਚੇ ਪਾਤਸ਼ਾਹ ਮਹਾਰਾਜ ਸਭਾ ਵਿੱਚੋਂ ਉੱਠ ਗਏ, ਬਹੁਤ ਸਾਰੇ ਸਿੱਖਾਂ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਿਆ, ਪਰ ਉਪਦੇਸ਼ ਸਹਿਣਾ ਅਤੇ ਮੰਨਣਾ ਬੜਾ ਔਖਾ ਸੀਗਾ ਜੀ। ਐਸਾ ਉਪਦੇਸ਼ ਜਿਹਦੇ ਵਿੱਚ ਸਰੀਰ ਦਾ ਵੀ ਬਹੁਤ ਵੱਡਾ ਵਿਛੋੜਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉੱਠੇ, ਬਹੁਤ ਸਾਰੇ ਸਿੱਖਾਂ ਦੇ ਨੇਤਰਾਂ 'ਚ ਹੰਝੂ ਤਰਬਕ ਤਰਬਕ ਕਰਕੇ ਵਗ ਪਿਆ ਜੀ। ਹਾਂਜੀ। ਮਹਾਰਾਜ ਨੂੰ ਸਾਰਿਆਂ ਨੇ ਨਮਸਕਾਰ ਕੀਤੀ। ਉਹ ਜਿਹੜਾ ਕੋਠਾ ਮਹਾਰਾਜ ਨੇ ਆਪਣੇ ਵਾਸਤੇ, ਭਾਵ ਇੱਕ ਕਮਰਾ ਆਪਣੇ ਵਾਸਤੇ ਬਣਾਇਆ ਸੀ, ਸੱਚੇ ਪਾਤਸ਼ਾਹ ਮਹਾਰਾਜ ਉਸ ਕਮਰੇ ਦੇ ਅੰਦਰ ਚਲੇ ਗਏ ਜੀ। ਹਾਂਜੀ। ਜੋ ਤਰ ਸਾਹਿਬ ਭਾਣਾ ਨੇਰੇ, ਹਾਂਜੀ, ਤਿਨਕੋ ਹੁਕਮ ਕਰਿਓ ਤੇ ਸਵੇਰੇ। ਰਾਏ ਜੋਧ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਬਾਬਾ ਭਾਨਾ ਜੀ ਨੂੰ ਸਤਿਗੁਰੂ ਜੀ ਨੇ ਉਸ ਸਮੇਂ ਉਪਦੇਸ਼ ਦਿੱਤਾ, ਇੱਕ ਬਚਨ ਕਿਹਾ ਜੀ। ਹਾਂਜੀ। ਸਪਤ ਦਿਵਸ ਮਹਿ ਸ੍ਰੀ ਹਰਿ ਰਾਏ, ਕੋਸ਼ਟ ਕੋ ਦਰ ਖੋਲ੍ਹੇ ਆਏ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਾਬਾ ਭਾਨਾ ਜੀ ਇੱਕ ਗੱਲ ਚੇਤਾ ਰੱਖੋ, ਅਸੀਂ ਇਸ ਕੋਠੇ ਅੰਦਰ ਚਲੇ ਜਾਣਾ, ਸੱਤ ਦਿਨ ਇੱਥੇ ਕੋਈ ਨਾ ਆਵੇ। ਕਹਿਣ ਲੱਗੇ, ਬਾਹਰ ਪਹਿਰੇ ਲਾ ਦਿਓ, ਕੋਈ ਨਾ ਸੱਤ ਦਿਨ ਅੰਦਰ ਆਵੇ ਅਤੇ ਨਾ ਹੀ ਦਰਵਾਜ਼ਾ ਖੜਕਾਵੇ। ਕਹਿਣ ਲੱਗੇ ਜੀ, ਅਸੀਂ ਅੰਦਰ ਬੈਠਣਾ। ਕਹਿਣ ਲੱਗੇ, ਸੱਤਵੇਂ ਦਿਨ ਹਰ ਰਾਏ ਸਾਹਿਬ ਜੀ ਆ ਕੇ ਦਰਵਾਜ਼ਾ ਖੋਲ੍ਹਣ। ਕਹਿਣ ਲੱਗੇ, ਕਦ ਕੇ ਆਖੋ ਵਾਹਿਗੁਰੂ ਵਾਹਿਗੁਰੂ, ਲਾਗੇ ਕੋਈ ਬੰਦਾ ਨਾ ਬੈਠਾ ਹੋਵੇ, ਸੱਤ ਘੰਟੇ ਇਕੱਲੇ ਕੱਟਣੇ ਔਖੇ ਹੋ ਜਾਂਦੇ ਜੀ। ਸੱਤ ਘੰਟੇ ਇਕੱਲੇ ਕੱਟਣੇ ਔਖੇ ਹੋ ਜਾਂਦੇ ਅਤੇ ਸੱਤ ਦਿਨ ਦਾ ਬਚਨ ਗੁਰੂ ਜੀ ਨੇ ਕੀਤਾ ਜੀ। ਸੱਤ ਦਿਨ ਕੋਈ ਵੀ ਮਨੁੱਖ, ਕੋਈ ਵੀ ਸਿੱਖ, ਕੋਈ ਵੀ ਪਿਆਰਾ ਇਸ ਕੋਠਾ ਸਾਹਿਬ ਦੇ ਨੇੜੇ ਨਾ ਆਵੇ। ਕਹਿਣ ਲੱਗੇ, ਹਰ ਰਾਏ ਸਾਹਿਬ ਸੱਤਵੇਂ ਦਿਨ ਆਉਣ, ਆ ਕੇ ਦਰਵਾਜ਼ਾ ਖੋਲ ਲੈਣ। ਹਾਂਜੀ। ਤਬਲਾ ਨਹਿ ਸਮੀਪ ਕੋ ਆਵੇ, ਜੋਧਾ ਗਨ ਚਹੁੰਦ ਸਥਿਰ ਥਾਵੇ। ਜੋਧਾ ਗਨ ਚਹੁੰਦ ਸਥਿਰ ਥਿਰ ਥਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਰਾਏ ਜੋਧ ਤੇਰੇ 500 ਸਿਪਾਹੀ ਨੇ। ਕਹਿਣ ਲੱਗੇ, ਉਹਨਾਂ ਸਾਰਿਆਂ ਦੀ ਡਿਊਟੀ ਲਾ ਦੇ, ਉਹ ਸਾਡੇ ਕੋਠੇ ਦੇ ਆਲੇ ਦੁਆਲੇ ਰਹਿਣ। ਕਹਿਣ ਲੱਗੇ, ਕੋਈ ਨੇੜੇ ਨਾ ਆਵੇ। ਹਾਂਜੀ। ਨਿਸ ਦਿਨ ਰਾਖੇ ਸਭ ਤਕਰਾਈ, ਕੀਰਤਨ ਕਰਹਿ ਸੁਨੋ ਮਨ ਲਾਈ। ਭਾਈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਤ ਦਿਨ ਬੜੀ ਤਕੜਾਈ ਰੱਖਣੀ ਹੈ ਮਹਾਰਾਜ, ਫਿਰ ਅਸੀਂ ਕਰਨਾ ਕੀ ਸੱਤ ਦਿਨ? ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਜੀ ਸੱਤ ਦਿਨ ਗੁਰਬਾਣੀ ਦਾ ਕੀਰਤਨ ਕਰਿਓ। ਕਹਿਣ ਲੱਗੇ, ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਕਰਿਓ। ਕਹਿਣ ਲੱਗੇ, ਹਾਂਜੀ। ਹਿਮਕ ਕੋਸ਼ਠ ਮਹਿ ਬਚ ਗਏ, ਦੁਆਰ ਕਵਾਰ ਅਸੰਜਤ ਕੀ। ਸੱਚੇ ਪਾਤਸ਼ਾਹ ਆਪ ਗਏ ਜੀ, ਆਪ ਕੋਠਾ ਸਾਹਿਬ ਦੇ ਅੰਦਰ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ, ਸੱਚੇ ਪਾਤਸ਼ਾਹ ਨੇ ਆਪ ਅੰਦਰ ਜਾ ਕੇ ਆਪਣੇ ਹੱਥੀਂ ਦਰਵਾਜ਼ਾ ਬੰਦ ਕਰ ਲਿਆ ਜੀ। ਕੁਝ ਸਮੇਂ ਵਾਸਤੇ ਤੇ ਸਰੀਰ ਵੇਖਦਾ ਸੀਗਾ ਜੀ, ਹੁਣ ਗੁਰੂ ਜੀ ਦਾ ਸਰੀਰ ਅੱਖਾਂ ਤੋਂ ਓਹਲੇ ਹੋ ਗਿਆ ਤੇ ਕੋਠੇ ਦੇ ਅੰਦਰ ਹੋ ਗਿਆ ਜੀ, ਉਹਦੇ ਅੰਦਰ ਹੋ ਗਿਆ। ਮਹਾਰਾਜ ਦਾ ਹੁਣ ਸਰੀਰ ਨਹੀਂ ਵੇਖਦਾ, ਸਿੱਖਾਂ ਨੇ ਬੜਾ ਹੀ ਬੈਰਾਗ ਕੀਤਾ ਉਸ ਦਿਨ ਜੀ। ਮਹਾਰਾਜ ਸੱਚੇ ਪਾਤਸ਼ਾਹ ਹੁਣ ਵੇਖੋ ਨਾ ਜੀ, ਬਹੁਤ ਸਾਰੇ ਸਿੱਖ ਐਸੇ ਸਨ ਜਿਹੜੇ ਦਰਸ਼ਨ ਕਰਕੇ ਜਲ ਪਾਣੀ ਛਕਦੇ ਸੀਗੇ ਜੀ। ਹਾਂਜੀ। ਮਹਾਰਾਜ ਦੇ ਦਰਸ਼ਨ ਕਰਨੇ ਅਤੇ ਜਲ ਪਾਣੀ ਛਕਣਾ, ਅਤੇ ਹੁਣ ਸੱਤਵੇਂ ਦਿਨ ਬਾਅਦ ਜਾ ਕੇ ਦਰਸ਼ਨ ਹੋਣੇ। ਇਹ ਵੀ ਗੁਰੂ ਜੀ ਨੇ ਕਹਿ ਦਿੱਤਾ ਵੀ ਸਾਡੇ ਸਰੀਰ ਛੱਡਣ ਦੀ ਤਿਆਰੀ ਹੈ, ਇਹ ਨਹੀਂ ਪਤਾ ਵੀ ਸੱਤਾਂ ਦਿਨਾਂ ਦੇ ਅੰਦਰ ਗੁਰੂ ਜੀ ਨੇ ਕੀ ਕਰਨਾ ਜੀ ਉੱਥੇ ਜੀ। ਹਾਂਜੀ। ਸ਼ੰਕਰ ਲਾਏ ਕਰੇ ਢਿੱਡ ਸੋਏ। ਇੱਥੋਂ ਤੱਕ ਭਾਈ ਸੰਤੋਖ ਸਿੰਘ ਜੀ ਲਿਖਦੇ, ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅੰਦਰੋਂ ਦੀ ਕੁੰਡੀ ਲਾ ਲਈ ਜੀ। ਉਸ ਸਮੇਂ ਸੰਗਲ ਵਾਲੀਆਂ ਕੁੰਡੀਆਂ ਹੁੰਦੀਆਂ ਸੀਗੀਆਂ ਜੀ, ਮਹਾਰਾਜ ਨੇ ਉਹ ਅੰਦਰੋਂ ਲਾ ਲਈ ਜੀ। ਸੱਚੇ ਪਾਤਸ਼ਾਹ ਅੰਦਰ ਅਤੇ ਸੰਗਤਾਂ ਬਾਹਰ ਬੈਠੀਆਂ ਬੈਰਾਗ ਵਿੱਚ ਹੋ ਗਈਆਂ ਜੀ।
ਹੁਣ ਮਹਾਰਾਜ ਦੇ ਦਰਸ਼ਨ ਕਿਵੇਂ ਹੋਣਗੇ। ਗੁਰਮੁਖੋ ਗੁਰੂ ਜੀ ਨੇ ਬੜਿਆਂ ਨੂੰ ਦਰਸ਼ਨ ਦਿੱਤੇ ਜੀ, ਤੇ ਬੜੀ ਦੂਰ ਦੂਰ ਜਾ ਕੇ ਦਰਸ਼ਨ ਦਿੱਤੇ ਜੀ। ਹਾਂਜੀ, ਬੈਠੇ ਪ੍ਰਭੂ ਇਕਾਂਕੀ ਹੋਏ। ਹੁਣ ਪ੍ਰਭੂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਕਾਂਕੀ ਇਕੱਲੇ ਹੀ ਮਹਾਰਾਜ ਉਸ ਕੋਠਾ ਸਾਹਿਬ ਦੇ ਅੰਦਰ ਬੈਠ ਕੇ। ਹਾਂਜੀ, ਪਦਮ ਆਸਨ ਕਹੁ ਕਰਕੇ ਬੈਸੇ, ਹਾਂਜੀ, ਸਿੱਧ ਜੋਗ ਜੋਗੀ ਹੋਏ ਜੈਸੇ। ਗੁਰਮੁਖੋ ਪਦਮ ਆਸਨ, ਮਹਾਰਾਜ ਸੱਚੇ ਪਾਤਸ਼ਾਹ ਨੇ ਚੌਂਕੜਾ ਮਾਰ ਲਿਆ ਜੀ, ਤੇ ਜਿਵੇਂ ਸਿੱਧ ਜੋਗੀ ਸਮਾਧੀਆਂ ਚ ਬੈਠਦੇ ਨਾ ਜੀ, ਉਵੇਂ ਰੀੜ ਦੀ ਅੱਡੀ ਸਿੱਧੀ, ਤੇ ਸੱਚੇ ਪਾਤਸ਼ਾਹ ਮਹਾਰਾਜ 6 ਦਿਨ ਉਸੇ ਤਰ੍ਹਾਂ ਹੀ ਬੈਠੇ ਰਹੇ ਜੀ। 6 ਦਿਨ ਜੀ ਗੁਰੂ ਜੀ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਜੀ, ਇਹ ਜੀ ਆਮ ਗੱਲ ਹੈ ਜੀ, ਆਮ ਬੰਦੇ ਵਾਸਤੇ ਬੜੀ ਵੱਡੀ ਗੱਲ, ਮੇਰੇ ਵਾਸਤੇ ਬੜੀ ਵੱਡੀ ਗੱਲ ਹੈ ਜੀ। 1 ਘੰਟਾ ਕਥਾ ਵਿੱਚ ਸਿੱਧਾ ਨਹੀਂ ਬੈਠਿਆ ਜਾਂਦਾ ਜੀ, ਤੇ 6 ਦਿਨ ਲਗਾਤਾਰ ਬਹਿਣਾ ਤੇ ਮੇਰੇ ਵਾਸਤੇ ਬੜੀ ਵੱਡੀ ਗੱਲ ਹੈਗੀ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਬੈਠ ਗਏ ਜੀ, ਇਸ ਤਰ੍ਹਾਂ ਬੈਠ ਗਏ 6 ਦਿਨ, ਨਾ ਅੰਨ ਤੇ ਨਾ ਜਲ ਜੀ। ਅੰਦਰ ਕਿਹੜਾ ਕੋਈ ਪ੍ਰਬੰਧ ਸੀਗਾ ਜੀ, ਬਾਹਰ ਪਹਿਰੇ ਲੱਗ ਗਏ ਗੁਰੂ ਕੇ ਸਿੱਖ, 6 ਦਿਨ ਦੂਰੋਂ ਹੀ ਕੋਠੇ ਨੂੰ ਨਮਸਕਾਰ ਕਰ ਦਿਆ ਕਰਨ ਜੀ, ਦੂਰੋਂ ਹੀ ਆਉਣਾ ਤੇ ਨਮਸਕਾਰ ਕਰ ਦੇਣੀ ਤੇ ਬੈਰਾਗ ਵਿੱਚ ਭਿੱਜੇ ਰਹਿਣਾ ਜੀ। ਬਸ ਪਿੱਛੋਂ ਕੀਰਤਨ ਹੋਣਾ ਸ਼ੁਰੂ ਹੋ ਗਿਆ ਜੀ, ਉੱਥੋਂ ਅੰਦਰ ਕੀ ਹੋ ਰਿਹਾ ਜੀ ਇਹ ਕਿਸੇ ਨੂੰ ਨਹੀਂ ਪਤਾ ਜੀ। ਹਾਂਜੀ, ਅਬ ਸੁਣੀਏ ਗੁਰ ਪਾਸ਼ਲ ਗਾਥਾ, ਸਰੋਤਾ ਹੋ ਸੁਚੇਤੀ ਸਾਥ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਗੁਰੂ ਕੇ ਸਿੱਖੋ ਇਹਦੇ ਤੋਂ ਅਗਲੀ ਕਥਾ ਸੁਣੋ, ਇਹਦੇ ਤੋਂ ਅੱਗੇ ਕੀ ਹੋਇਆ, ਬੜੇ ਸੁਚੇਤ ਹੋ ਕੇ ਗੁਰੂ ਜੀ ਦੀ ਕਥਾ ਸੁਣੋ। ਹਾਂਜੀ, ਸਪਤ ਦਿਵਸਲ ਨਿਕਟ ਨਾ ਆਵਹ, ਕੋਸਠ ਦੁਆਰ ਨਾ ਹੱਥ ਲਗਾਵਹ। 7 ਦਿਨ ਕਿਸੇ ਨੇ ਉਸ ਕੋਠਾ ਸਾਹਿਬ ਦੇ ਦਰਵਾਜ਼ੇ ਨੂੰ ਹੱਥ ਤੱਕ ਨਹੀਂ ਲਾਇਆ ਜੀ, ਹੱਥ ਤੱਕ ਨਹੀਂ ਲਾਇਆ ਜੀ। ਹਾਂਜੀ, ਇਮਕ ਸਤਿਗੁਰ ਅੰਤਰ ਬਰੇ, ਆਵਹ ਪਾਸ ਨਾ ਬਰਜਨ ਕਰੇ। ਕਿਉਂ, ਗੁਰੂ ਜੀ ਦਾ ਹੁਕਮ ਸੀ ਭਾਈ ਅੰਦਰ ਨਹੀਂ ਆਉਣਾ ਕਿਸੇ ਨੇ, ਵਰਜਿਆ ਸੀ ਗੁਰੂ ਜੀ ਨੇ। 1 ਦਿਨ, 2 ਦਿਨ, 3 ਦਿਨ, 4 ਦਿਨ, 5 ਦਿਨ ਤੇ 6 ਦਿਨ ਜੀ ਗੁਰੂ ਕੇ ਸਿੱਖਾਂ ਬਤੀਤ ਕੀਤੇ ਬੜੇ ਬੈਰਾਗ ਵਿੱਚ ਜੀ, ਜਿਹੜੇ ਦਰਸ਼ਨ ਕਰਕੇ ਜਲ ਪਾਣੀ ਛਕਦੇ ਸੀ, ਤੁਸੀਂ ਆਪੇ ਸਭ ਲਾਓ ਜੀ ਕਿਵੇਂ ਉਹਨਾਂ ਦੇ ਮਨ ਉੱਤੇ ਹੋਇਆ ਹੋਏਗਾ। ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮੇਹਰਾਂ ਦੇ ਘਰ, ਬਖਸ਼ਿਸ਼ਾਂ ਦੇ ਘਰ, ਜਿਨ੍ਹਾਂ ਦਾ ਸੁਭਾਅ ਹੀ ਬੜਾ ਦਿਆਲੂ ਜੀ, ਬਹੁਤਾ ਦਿਆਲੂ ਸੁਭਾਅ। ਸੱਚੇ ਪਾਤਸ਼ਾਹ ਮਹਾਰਾਜ ਆਪ ਹੁਣ ਕੋਠਾ ਸਾਹਿਬ ਵਿੱਚ ਨੇ, ਗੁਰੂ ਕੀਆਂ ਸੰਗਤਾਂ ਬਾਹਰ ਤੁਰੀਆਂ ਫਿਰ ਰਹੀਆਂ ਨੇ। ਹਾਂਜੀ, ਸਕਲ ਕੁਟੰਬ ਸਹਿਤ ਸਭ ਸੰਗਤ, ਬੈਠੇ ਦੂਰ ਦੂਰ ਕਰ ਪੰਗਤ। ਗੁਰਮੁਖੋ ਗੁਰੂ ਕੇ ਸਿੱਖਾਂ ਆਉਣਾ, ਸਵੇਰੇ ਸ਼ਾਮ ਆਉਣਾ ਤੇ ਕੋਠਾ ਸਾਹਿਬ ਦੇ ਬਾਹਰ ਹੱਥ ਜੋੜ ਕੇ ਬੈਠ ਜਾਣਾ ਜੀ, ਪਰ ਦੂਰ ਬਹਿਣਾ ਜੀ, ਲਾਗੇ ਨਹੀਂ ਜਾਣਾ ਜੀ, ਬਸ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਲੈਣਾ। ਸਭ ਨੂੰ ਅੰਦਰੋਂ ਬੈਰਾਗ ਹੈ, ਪਤਾ ਨਹੀਂ 7ਵੇਂ ਦਿਨ ਜਦੋਂ ਦਰਵਾਜ਼ਾ ਖੋਲ੍ਹਣਾ ਤੇ ਅੰਦਰ ਕੀ ਹੋਏਗਾ ਜੀ। ਹਾਂਜੀ, ਸਾਰਿਆਂ ਨੂੰ ਇਸ ਗੱਲ ਦੀ ਦੁਚਿੱਤੀ ਪਈ ਹੋਈ ਜੀ। ਹਾਂਜੀ, ਖਸ਼ਟ ਦਿਵਸ ਇਸ ਭਾਂਤ ਗੁਜ਼ਾਰੇ, ਸਪਤਮ ਪ੍ਰਾਤੀ ਚਿੰਨ ਨਿਹਾਰੇ। 7 ਦਿਨ ਵਾਹਿਗੁਰੂ, 6 ਦਿਨ ਇਸ ਤਰ੍ਹਾਂ ਬਤੀਤ ਹੋ ਗਏ, 7ਵਾਂ ਦਿਨ ਚੜਿਆ ਜੀ, 7ਵਾਂ, ਗੱਜ ਕੇ ਆਖੋ ਵਾਹਿਗੁਰੂ। ਉਹ ਦਿਨ ਜਦੋਂ ਗੁਰੂ ਜੀ ਦੇ ਪਵਿੱਤਰ ਸਰੀਰ ਦੇ ਸੰਗਤਾਂ ਨੇ ਦਰਸ਼ਨ ਕਰਨੇ ਸੀਗੇ ਜੀ, 7ਵਾਂ ਦਿਨ ਚੜਿਆ, ਕਿਤੇ ਵਾਹਿਗੁਰੂ ਮਿਹਰ ਹੀ ਰੱਖੇ, ਸੁੱਖ ਰੱਖੇ ਜੀ, ਪਰ ਇਹੋ ਜਿਹਾ ਸਮਾਂ ਬੰਦੇ ਵਾਸਤੇ ਵੇਖਣਾ ਵੀ ਔਖਾ ਤੇ ਸੁਣਨਾ ਵੀ ਔਖਾ ਜੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਕੋਠਾ ਸਾਹਿਬ, ਗੁਰੂ ਕੀਆਂ ਸੰਗਤਾਂ ਵੇਖਿਆ ਵੀ 7ਵਾਂ ਦਿਨ ਆਰੰਭ ਹੋ ਗਿਆ ਜੀ। ਹਾਂਜੀ, ਭਇਓ ਆਕਾਸ਼ ਅਰਣ ਬਹੁ ਬਰਣ, ਕੁਸ਼ਕ ਪਰੀ ਸਭ ਕੋ ਧੁਨ ਕਰਨ। ਗੁਰਮੁਖੋ ਅੱਜ ਪਤਾ ਨਹੀਂ ਕੀ ਗੱਲ, ਅਸਮਾਨ ਦਾ ਰੰਗ ਵੀ ਲਾਲ ਹੈਗਾ ਜੀ। ਹਾਂਜੀ, ਕੋਈ ਬਹੁਤਾ ਦਿਨ ਇੰਨਾ ਵਧੀਆ ਨਹੀਂ ਚੜਿਆ ਵੀ ਬਹੁਤਾ ਹੀ ਪ੍ਰਕਾਸ਼ ਹੋਇਆ ਹੋਵੇ ਜੀ। ਹਾਂਜੀ, ਤੇ ਸਾਰਿਆਂ ਦੇ ਮਨ ਅੰਦਰੋਂ ਮੁਰਝਾ ਗਏ ਜੀ, ਇੱਕਦਮ 7ਵੇਂ ਦਿਨ ਮੁਰਝਾ ਗਏ, ਜਿਵੇਂ ਨਾ ਜੀ ਉਹਨਾਂ ਨੂੰ ਇਉਂ ਮਹਿਸੂਸ ਹੋਇਆ ਹੋਵੇ ਵੀ ਅੱਜ ਕੀਰਤਪੁਰ ਖਾਲੀ ਹੋ ਗਿਆ ਜੀ, ਇਸ ਤਰ੍ਹਾਂ ਮਹਿਸੂਸ ਹੋਇਆ ਜੀ ਉਹਨਾਂ ਨੂੰ। ਹਾਂਜੀ, ਗੁਰੂ ਕੀਆਂ ਸੰਗਤਾਂ ਵੇਖ ਰਹੀਆਂ, ਪਤਾ ਨਹੀਂ ਕਿਉਂ ਮਨ ਵਿੱਚ ਅਜੀਬ ਤਰ੍ਹਾਂ ਦੀ ਮੁਰਝਾ ਹਟ ਜੀ ਆ ਗਈ, ਅਸਮਾਨ ਉੱਪਰ ਲਾਲ ਰੰਗ ਦਾ ਹੋ ਗਿਆ ਜੀ। ਹਾਂਜੀ, ਕਟਕਾ ਚਤੁਰ ਜਾਮਣੀ ਰਹੇ,
गुर प्रस्थान सर्ब ही लहे। गुरमुखो अमृत वेला सी, बड़े ध्यान ना गल सुनियो, अमृत वेला सी अमृत जी, अमृत वेला भाई संतोख सिंह जी अंदर खाते सानू समा दसन दे जी, बाहर ते नहीं चलो किसी नू पता। वह कहन लगे अमृत वेले सतगुरु गुरु हरगोबिंद साहब सच्चे पातशाह चौंकड़े वेच ही अपना शरीर त्याग गए हैगे जी। अज के आखो वाहेगुरु, वाहेगुरु। सच्चे पातशाह दे हजूर बड़े ही सिख उन्हां लम्मे पै के शरीर त्यागया जी। माता जी ने लम्मे पै के शरीर त्यागया, बाबा बुढ़ा साहब ने, होर सिखां ने लम्मे पै के शरीर त्यागया। गुरु हरगोबिंद साहब सच्चे पातशाह चौंकड़े वेच ही शरीर छड़ गए जी। चौंकड़ी मारी है, बैठे ने अंदर खाते गुरु जी ने शरीर छड़ दिता जी। कैसी अवस्था होएगी जी? हाँ जी, महाराज सच्चे पातशाह ने शरीर छड़ता, गुरु की जोत ते पहला ही जोत विच रली हुई जी। हाँ जी, गुरु जी की जोत ते पहला ही जोत विच रली। एक बनिया प्रचलित मर्यादा भी जदों कोई गुरमुख महापुरख शरीर त्यागे तो आप कह देने ज्योति जोत रली ते संपूर्ण थी आराम जी, संपूर्ण हो गया जी। पर गुरु जी की जोत ते पहला ही जोत च रली है जी। हाँ जी, वह तो दूजिया दिया जोतां रलाउण आए जी, दूजिया दिया। महाराज सच्चे पातशाह ने अमृत वेले चौंकड़े विच शरीर छड़ दिता जी। ज्योति जोत रली, 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 ज्योति जोत रली। बस बैठे ने ते अमृत वेले हजूर सच्चे पातशाह ने चौंकड़े दे वेच अपना शरीर छड़ दिता जी। हाँ जी, कलम लाए एते उत बहु फिरे। बस शरीर त्यागण दी देर सी गी जी, गुरु के सिख भावना वाले जान गए उते इओ फिरन लगे जिवें दौर भोरा नहीं बंदा हो जांदा जी, कमला हो जांदा जी, ना किसे दी गल सुणदा ते ना चंगी तरह बोलदा जी। गुरु के सिखां दी अवस्था इस तरह दी होगी, इधर उधर तुरे फिरदे जी, कमला गए जी, जिवें दौर भोरा बंदा हुंदा ना जी, उहनूं सोचदा ही नहीं जी मैं की करां। गुरमुखो जिदे प्राणा दे नाथ, प्राणा दे मालक सतगुरु जी शरीर त्याग गए, उन सिखां दे अंदर क्यों नहीं ऐसी अवस्था बनेगी जी? हाँ जी, गज के आखो वाहेगुरु। सच्चे पातशाह गुरबाणी विच लिखदे ने, महाराज सच्चे पातशाह कहिंदे, जिस प्यारे सिओ ने हो तिस आगे मर चली है, त्रिग जीवन संसार तां कै पाछै जीवना। जिन्हां दा ने सी प्यार सी उहनां नूं पुछ के वेखो जी। हजूर सच्चे पातशाह गरीब नवाज जी चौंकड़े विच शरीर त्याग गए, गुरु के सिख कमलाए होए फिरन दे जी, कमलाए होए अमृत वेले तो कोई उन्हां नूं आनंद ना जी आए जी। बड़ा नितनेम विच जुड़न, बड़ा भगती विच जुड़न जी, पर अंदर वह आनंद बजे ही ना जी, क्यों सुरत उधर जुड़ी हुई ही सारिआं दी। हाँ जी, कोसठ निगट न पहुंचन परे। हाँ जी, जोदा संबंध बहु काडे। जिन्हां नूं अंदरों अंदर पता लग गया वह तो चाहते ही भी भज के चले दिए ते कोठा साहब दे अंदर जाके अपने सतगुरु के चरणों ते सिर रख दिए जाके जी। पर की करन जी, मर्यादा गुरु जी आप पहला ही बना गए ही भी हर राय साहब आके बुआ खोलन गए। हाँ जी, बरज है सबक चाहुंदे सठंड, सवा जामदन चढ़बे तुम्हें। गुरमुखो पहला अमृत वेले शरीर त्यागया, हौली हौली समा वध गया, दिन चढ़े नू सवा जाम हो गया जी, सवा पैर हो गया। गुरु के सिख बस ना गल सुनदे ना बोलदे ते ना ही जल पानी छक रहे जी, क्यों पता लग गया? भावना वालिआं नूं पता लग जांदा जी इस गल दा। हाँ जी, हुकम गुरु का तब ढिग निमै, श्री हर राय प्रथम ढिग जाए। सारिआं ने यह विचार कीती भी गल ताइयों बननी है जे हर राय साहब आ जा आप जाके बूहा खोलण जी, फिर सानू सतगुरु के दर्शन होणगे जी। हाँ जी, राय जोत होर सारिआं ने विचार कीती किवें करिए, ते हुण अगों सुणो जी। हाँ जी, दोहरा साहिब
ਭਾਣਾ ਜੋਤ ਪੁਨ ਸੂਰਜ ਮਲ ਸਜਾਣ। ਇਧਰ ਸਤਿਗੁਰੂ ਜੀ ਸਰੀਰ ਤਿਆਗ ਕੇ ਸੰਗਤਾਂ ਬੇਬਲੋਈਆਂ ਤੁਰੀਆਂ ਫਿਰਦੀਆਂ ਜੀ। ਹਾਂਜੀ, ਕੋਈ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ ਜੀ। ਉਧਰ ਗੁਰੂ ਸਾਹਿਬ ਜੀ ਦੇ ਸਪੁੱਤਰ ਬਾਬਾ ਸੂਰਜ ਮੱਲ ਜੀ, ਬਾਬਾ ਭਾਨਾ ਜੀ, ਬਾਬਾ ਬੁੱਢਾ ਜੀ ਦੇ ਪੁੱਤਰ ਤੇ ਰਾਏ ਜੋਤ। ਹਾਂਜੀ, ਭਾਈ ਰੂਪਾ ਆਦਿ ਸਿੱਖ ਆਨ ਮਸੰਦ ਮਹਾਨ। ਭਾਈ ਰੂਪਾ ਜੀ, ਭਾਈ ਰੂਪਾ ਜੀ ਜਿਨ੍ਹਾਂ ਦਾ ਬਚਪਨ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਨਾਲ ਬੜਾ ਪਿਆਰ ਸੀਗਾ ਜੀ। ਹਾਂਜੀ, ਤੁਸੀਂ ਵੇਖੋ ਵੀ ਪਾਣੀ ਪੀ ਮੈਂ ਨਹੀਂ ਪੀਣਾ, ਇਸ ਕਦਰ ਬੇਹੋਸ਼ ਹੋ ਗਏ ਹੁਣ ਜੀ, ਕਿੰਨਾ ਪਿਆਰ ਕਰਦੇ ਹੋਣਗੇ ਗੁਰੂ ਜੀ ਦੇ ਨਾਲ ਜੀ। ਹਾਂਜੀ, ਭਾਈ ਰੂਪਾ ਜੀ ਨੂੰ ਵੀ ਪਤਾ ਸੀਗਾ। ਭਾਈ ਰੂਪਾ ਜੀ ਤੇ ਨਾਲ ਲਿਖਦੇ ਹੋਰ ਸਿੱਖ ਮਸੰਦ ਸਾਰੇ ਇਕੱਠੇ ਹੋਏ ਜੀ। ਸਾਰੇ ਸਿੱਖਾਂ ਨੇ ਸਲਾਹ ਕੀਤੀ, ਚੌਪਾਈ ਥਿਰ ਸਮੀਪ ਸ੍ਰੀ ਤੇਗ ਬਹਾਦਰ। ਸਾਰੇ ਇਕੱਠੇ ਹੋ ਕੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਸਭ ਨੇ ਨਾਲ ਲਿਆ। ਉਹਨਾਂ ਨੂੰ ਵੀ ਅੰਦਰ ਅੰਦਰ ਪਤਾ ਵੀ ਅੱਜ ਸਾਡੇ ਸਤਿਗੁਰੂ ਜੀ, ਸਾਡੇ ਪਿਤਾ ਜੀ ਉਹ ਆਪਣਾ ਸਰੀਰ ਤਿਆਗ ਗਏ ਨੇ। ਹਾਂਜੀ, ਸ੍ਰੀ ਹਰਿ ਰਾਏ ਸਭਨ ਮਹਿ ਸਾਦਰ। ਸਾਰਿਆਂ ਨੇ ਵਿਚਾਰ ਕੀਤੀ, ਸਾਡੇ ਸਾਰਿਆਂ ਵਿੱਚੋਂ ਸਤਿਕਾਰਯੋਗ ਨੇ ਸ੍ਰੀ ਗੁਰੂ ਹਰਿ ਰਾਏ ਸਾਹਿਬ, ਚੱਲੋ ਸਾਰੇ ਉੱਥੇ ਚੱਲੀਏ। ਹਾਂਜੀ, ਕਹਿਓ ਉੱਠ ਅਬ ਖੋਲਿਓ ਦੁਆਰਾ। ਜਾਏ ਗਏ ਸਾਰੇ, ਰਾਏ ਜੋਧ ਨੇ ਹੱਥ ਜੋੜੇ, ਬਾਬਾ ਭਾਨਾ ਜੀ ਨੇ ਹੱਥ ਜੋੜੇ, ਬਾਬਾ ਸੂਰਜਮੱਲ ਜੀ ਨੇ ਹੱਥ ਜੋੜੇ, ਭਾਈ ਰੂਪਾ ਜੀ ਨੇ ਹੱਥ ਜੋੜੇ, ਆਖਿਆ ਬਾਬਾ ਜੀ ਸਤਿਗੁਰੂ ਜੀ, ਸਤਿਗੁਰੂ ਤੁਹਾਨੂੰ ਕਹਿ ਗਏ ਸੀ, ਹੁਣ ਕਿਰਪਾ ਕਰੋ ਤੇ ਜਾ ਕੇ ਕੋਠਾ ਸਾਹਿਬ ਦਾ ਦਰਵਾਜ਼ਾ ਖੋਲੋ। ਕਹਿਣ ਲੱਗੇ ਖੋਲੋ ਦਰਵਾਜ਼ਾ, ਸਤਿਗੁਰੂ ਜੀ ਦੇ ਪਵਿੱਤਰ ਸਰੀਰ ਦੇ ਦਰਸ਼ਨ ਕਰੀਏ। ਹਾਂਜੀ, ਜਿਵੇਂ ਸ੍ਰੀ ਹਰਗੋਬਿੰਦ ਉਚਾਰਾ, ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਹਾਨੂੰ ਉਚਾਰਨ ਕੀਤਾ ਸੀ, ਜਿਹੜੀ ਮਰਜ਼ਾਦਾ ਦੱਸੀ ਸੀ, ਹੁਣ ਮਹਾਰਾਜ ਕਿਰਪਾ ਕਰੋ ਤੇ ਉੱਠੋ। ਹਾਂਜੀ, ਸਵਾ ਜਾਮ ਅਬ ਸਪਤਮ ਦਿਨ ਕੋ। ਮਹਾਰਾਜ ਹੁਣ ਸੱਤਵਾਂ ਦਿਨ ਚੜ੍ਹ ਗਿਆ ਤੇ ਸੱਤਵਾਂ ਦਿਨ ਚੜ੍ਹੇ ਹੋਏ ਨੂੰ ਸਵਾ ਜਾਮ ਸਵਾ ਪੈਰ ਹੋ ਗਿਆ। ਮਹਾਰਾਜ ਸੱਤਵਾਂ ਦਿਨ ਚੜ੍ਹੇ ਨੂੰ ਸਵਾ ਪੈਰ ਹੋ ਗਿਆ, ਹੁਣ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਉੱਠੋ। ਹਾਂਜੀ, ਕਰੋ ਸੰਭਾਰਨ ਗੁਰੂ ਬਚਨ ਕੋ। ਸਤਿਗੁਰੂ ਜੀ ਦੇ ਬਚਨ ਨੂੰ ਸੰਭਾਲੋ ਮਹਾਰਾਜ, ਜਿਹੜਾ ਬਚਨ ਤੁਹਾਨੂੰ ਗੁਰੂ ਜੀ ਕਰਕੇ ਗਏ ਨੇ। ਹਾਂਜੀ, ਚਤੁਰ ਘਟੀ ਕੇ ਅੰਮ੍ਰਿਤ ਵੇਲੇ। ਹਾਂਜੀ, ਲੱਖ ਨੀਨੇ ਲੱਖ ਲੀਨੇ ਸਭ ਚਿੰਨ ਸੁਹੇਲੇ। ਗੱਜ ਕੇ ਆਖੋ ਵਾਹਿਗੁਰੂ। ਭਾਵਨਾ ਵਾਲੇ ਸਿੱਖ ਕਹਿਣ ਲੱਗੇ, ਮਹਾਰਾਜ ਤੁਹਾਨੂੰ ਸਭ ਗੱਲਾਂ ਦਾ ਪਤਾ, ਤੁਸੀਂ ਅੰਤਰਜਾਮੀ ਹੋ, ਅਸੀਂ ਆਪਣੇ ਤੌਰ ਤੇ ਤੁਹਾਨੂੰ ਦੱਸ ਦਿੰਦੇ। ਬਾਬਾ ਪਾਨਾ ਜੀ, ਰਾਏ ਜੋਧ, ਭਾਈ ਰੂਪਾ ਜੀ ਸਾਰੇ ਕਹਿਣ ਲੱਗੇ, ਚਤੁਰ ਘਟੀ ਕੇ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਜਦੋਂ ਬਤੀਤ ਹੋ ਗਈਆਂ ਨਾ, ਸਾਡੇ ਮਨਾਂ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਗੁਰੂ ਜੀ ਸਰੀਰ ਤਿਆਗ ਗਏ ਹੋਣ ਜੀ। ਅੱਜ ਕੇ ਆਖੋ ਵਾਹ। ਇੱਕ ਕਿਰਿਆ ਦਾ ਤੁਸੀਂ ਚੇਤਾ ਰੱਖੋ, ਬਹੁਤ ਜ਼ਿਆਦਾ ਜਿਹਦਾ ਦਿਲੀ ਪਿਆਰ ਹੋਵੇ ਨਾ ਜੀ, ਕਈ ਵਾਰੀ ਐਸਾ ਹੁੰਦਾ ਵੀ ਬੰਦਾ ਕਿਤੇ ਦੂਜੀ ਧਰਤੀ 'ਤੇ ਬੈਠਾ ਹੋਵੇ ਅਤੇ ਉਹ ਕਿਸੇ ਧਰਤੀ 'ਤੇ ਬੈਠਾ ਹੋਵੇ ਅਤੇ ਜਦੋਂ ਸਰੀਰ ਤਿਆਗੇ ਤਾਂ ਆਪੇ ਅੱਖਾਂ ਸਾਹਮਣੇ ਉਹਦਾ ਚਿੱਤਰ ਆ ਜਾਏਗਾ ਜੀ। ਹਾਂਜੀ, ਉਹਦੀ ਜਾਂ ਸਿਮਰਤੀ ਇੱਕਦਮ ਹੀ ਉਹਦੀ ਸਿਮਰਤੀ ਬਣੇਗੀ ਜੀ। ਇਹ ਤਾਂ ਸਤਿਗੁਰੂ ਜੀ ਦੀ ਲੀਲਾ ਸੀ, ਮਹਾਰਾਜ ਨੇ ਆਪ ਕਲਾ ਵਰਤਾਈ, ਗੁਰੂ ਕੇ ਖਾਸ ਖਾਸ ਸਿੱਖਾਂ ਨੂੰ ਪਤਾ ਲੱਗ ਗਿਆ ਜੀ। ਉਹਨਾਂ ਕਿਹਾ ਮਹਾਰਾਜ ਚਾਰ ਘੜੀਆਂ ਅੰਮ੍ਰਿਤ ਵੇਲੇ ਸਾਨੂੰ ਮਹਿਸੂਸ ਹੋਈ ਇਹ ਗੱਲ। ਹਾਂਜੀ, ਸੁਣ ਸੁਨਾਣ ਕਰ ਸ਼੍ਰੀ ਹਰਿ ਰਾਏ। ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਉਮਰ ਅਜੇ 15 ਸਾਲਾਂ ਦੀ ਹੈ, ਉਹਨਾਂ ਨੇ ਇਸ਼ਨਾਨ ਕੀਤਾ ਆਪ। ਸ਼ੀਰ ਸਰੀਰ ਨਵੀਨੇ ਪਾਏ, ਗੁਰਮੁਖੋ ਨਵੇਂ ਬਸਤਰ ਆਪਣੇ ਤਨ ਤੇ ਧਾਰਨ ਕੀਤੇ। ਹਾਂਜੀ, ਜਪ ਜੀ ਪਾਠ ਕਰ ਦੁਆਰ ਅਗਾਰੀ। ਸਾਰੇ ਸਿੱਖਾਂ ਨੇ ਅੱਗੇ ਲਾਇਆ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਤੇ ਗੁਰਮੁਖੋ ਉਸ ਕੋਠਾ ਸਾਹਿਬ ਦੇ ਨੇੜੇ ਪਹੁੰਚ ਗਏ ਜੀ। ਅੱਜ ਸੱਤਵੇਂ ਦਿਨ ਕੋਈ ਦਰਵਾਜ਼ੇ ਅੱਗੇ ਗਿਆ, ਸੱਤ ਦਿਨ ਕਿਸੇ ਨੇ ਦਰਵਾਜ਼ੇ ਵੱਲ ਨਹੀਂ ਵੇਖਿਆ ਜੀ। ਮਹਾਰਾਜ ਦਾ ਹੁਕਮ ਸੀ, ਦੂਰ ਬਹਿ ਕੇ ਨਮਸਕਾਰ ਕਰਕੇ ਚਲ ਜਾਂਦੇ ਸੀਗੇ। ਹਾਂਜੀ, ਉਹ ਕੋਠੇ ਅੰਦਰ ਸਤਿਗੁਰੂ ਜੀ ਬੈਠੇ ਨੇ ਤੇ ਗੁਰਮੁਖੋ ਗੁਰੂ ਹਰਿ ਰਾਏ ਸਾਹਿਬ ਹੁਣ 15 ਸਾਲਾਂ ਦੀ ਆਰਜੂ ਜੀ। ਮਹਾਰਾਜ ਉਸ ਦਰਵਾਜ਼ੇ ਦੇ ਬਾਹਰ ਬੈਠ ਗਏ, ਦਰਵਾਜ਼ੇ ਦੇ ਅੱਗੇ ਬੈਠ ਗਏ ਜੀ। ਅੱਗੇ ਬੈਠ ਕੇ ਨੇਤਰ ਕਰ ਲਏ ਬੰਦ ਤੇ ਆਪਣੇ ਮੁਖੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ
निर्वैर अकाल मूरत अजूनी सहपन गुरप्रसाद जप आद सच जुगाद सच है पी नानक होसी पी सच। सारा जप जी साहब का पाठ किया जिनी नाम त्याया गए मसकत कहाल नानक ते मुख उजले केदी छुट्टी ना। जिन्या संगता सन सारिया पिछे आके बैठ गिया सब ने गुरु जी दे मुखों जप जी साहब का पाठ सुनिया जी। हां जी हाथ जोर तब बंधन तारी जप जी साहब जी का भोग पिया गुरमुखो संपूर्ण ताई होई गुरु हर राय साहब ने हाथ जोड़ के दरवाजे नू वेख के मत्था टेकया जी। तुही सुरती च नमस्कार करो उस दरवाजे अगे सारे आखो धन गुरु हरगोबिंद साहब जी महाराज। सचे पातशाह महाराज ने गरीब नवाज गुरु हर राय साहब जी ने उस कमरे नू वेख के मत्था टेकया दरवाजे नू वेख के मत्था टेकया अंतरत शंकर खुल गई। बस मत्था टेकन दे देर से ओ पिछलियां कुंडियां संगले आलियां हुंदियां सन सारिया ने आवाज सुनी अंदरों कुंडी आपे ही खुल गई जी। कुंडी जेड़ी लगी सी ना जी ओ अंदरों आपे ही खुल गई जी। ए वेख लो गुरु जी दी की लीला होएगी जी। गज के आखो वाहिगुरु वाहिगुरु। शरीर ते अमृत वेले दा त्याग दिता जी। हां जी पर इहो ही कथा जेड़ी हो नहीं सकती जी बंदे कोलों जी। हां जी ए कथा मूहो नहीं बोली जा सकती पता नहीं की गल जी अंदरों कुंडी आपे खुल गई जी। हां जी वहर इनहो ते तुन सुन लई सारियां संगतां ने बाहर बैठिया ने सुनिया अंदरों कुंडी खुलण दी आवाज आई है। गज के आखो वाहेगुरु वाहेगुरु। जिवें गुरु हरगोबिंद साहब ने आप कुंडी खोली होवे जी इयो महसूस होया सारियां नूं अंदरों कुंडी खुलण दी आवाज आई है सारी संगत ने वह आवाज सुन ली जी। हां जी खोले द्वार किवार हटाए बस गुरमुखो गुरु हर राय साहब उठ खलोते जी। उठ के बड़ा हौली एक दिते ठा दिते नी बहुत हौली जी उन्होंने दरवाजा खोलिया जी। हां जी लगे कंद सो गुरदरसाए ते की वेखिया जेड़े सतगुरु गुरु हरगोबिंद साहब सच्चे पातशाह बड़े वड्डे बलवान जी। हाँ जी वड जोधा बहु पर उपकारी जिन्हों का सूरम ताई विच मुकाबला ही कोई नहीं रहेगा जी। हाँ जी शेर ने आके चपटा मारिया ढाल नाल रोक के पेट वड दिता हीगा जी गुरु जी ने जिन्हों की मतलब कि कहनी तो बाहर हैगा जी कंब जी। ओ सतगुरु गुरु हरगोबिंद साहब के नेत्र भी बंद ने ते महाराज सच्चे पातशाह ने कंध नाल ढो लाई है जी। हां जी पदमा सुन कर थिर गुसाई पर चौंकड़ा नहीं खुलिया जी चौंकड़ा उस तरह लगा जी। महाराज चौंकड़ा मारिया कंध नाल ढो लाई है लोचन मंद्रत जोगी न्याई जोगियां दी तरह सच्चे पातशाह ने नेत्र मूंदे हुए ने जी जोगियां दी तरह नेत्र बंद ने। हां जी अंतर बार कर जाए निहारे धन गुरु हर राय साहब सच्चे पातशाह महाराज आप सब तो पहला अंदर गए जी। बाबा सूरज मल जी गुरु तेग बहादुर साहब बाबा भाना जी भाई रूपा जी राय जोध इन्हां विचों कोई अंदर नहीं गया जी। क्यों अंदर जाण दा हुक्म पहला हो चुका सीगा अंदर जाना ते हर राय साहब जी ने जाना जी। हां जी सतगुरु गुरु हर राय साहब सच्चे पातशाह आप अंदर गए जी। हां जी सुहास न आवत देह मझारे ते की वेख्या जी गुरु हर राय साहब महाराज ने ना जी इस तरह करके वेख्या शरीर वाल वेख्या गुरु हर गोबिंद साहब जी दे शरीर विच साह नहीं सी चल रहे जी। हां जी जेड़े सतगुरां दे दर्शन करके मुरझाए हुए चेहरे खिड़ जांदे हुंदे हैगे जी। हां जी सतगुरां दे शरीर विच सवास नहीं चल रहे जी। हां जी जाए तिन हो अब बंधन करी ते जदों वेख्या ते शरीर ते आगे नू हर एक सिख चाहुंदा भज के जाके गुरु हरगोबिंद साहब दे चरणां ते सिर रख दिए जी। भावें छड्या ही होया शरीर जी गुरमुखो नाम जपण वालिआं दे छड्डे होए शरीर भी पूजे जांदे जी छड्डे होए शरीर भी है ते नाम दी गल है जी। गुरु हरगोबिंद साहब दे सेवकां दा बड़ा इज्जत माण होया ते गुरु जी किन्नी गलबात होणगी जी। सब तो पहला जे मत्था टेकिया ते महाराज चौंकड़ी मार के बैठे ने नेत्र बंद ने वड्डे धीरज धारी सतगुरु 7.5 फुट उच्चा कद जी। हां जी महाराज बैठे ने
ਸਭ ਤੋਂ ਪਹਿਲਾਂ ਜਿਵੇਂ ਆਪਾਂ ਮੱਥਾ ਟੇਕਦੇ ਨਾ ਜੀ, ਗੋਡੇ ਲਾ ਕੇ ਇਸ ਤਰ੍ਹਾਂ ਮੱਥਾ ਅੱਗੇ ਰੱਖ ਕੇ, ਸਭ ਤੋਂ ਪਹਿਲਾਂ ਗੁਰੂ ਹਰਿਰਾਏ ਸਾਹਿਬ ਨੇ ਮੱਥਾ ਟੇਕਿਆ ਸਰੀਰ ਅੱਗੇ ਜੀ, ਆਪ ਜੀ ਵੀ ਟੇਕੋ ਆਖੋ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸਭ ਤੋਂ ਪਹਿਲਾਂ ਗੁਰੂ ਹਰਿਰਾਏ ਸਾਹਿਬ ਨੇ ਮੱਥਾ ਟੇਕਿਆ, ਪਤਾ ਲੱਗ ਗਿਆ ਸਾਡੇ ਸਤਿਗੁਰੂ ਸਾਡੇ ਮਾਲਕ ਸੱਚੇ ਪਾਤਸ਼ਾਹ ਆਪਣਾ ਪੰਜ ਭੂਤਕ ਸਰੀਰ ਤਿਆਗ ਚੁੱਕੇ ਨੇ ਜੀ, ਪਤਾ ਲੱਗ ਗਿਆ ਜੀ ਉਹਨਾਂ ਨੂੰ। ਹਾਂਜੀ, ਦਿਆ ਹੁਕਮ ਤਿਸ ਕੋ ਤਿਸ ਕਰੇ। ਹਾਂਜੀ, ਚੰਦਨ ਆਦਿ ਸਮੱਗਰੀ ਭਾਰੀ। ਮਹਾਰਾਜ ਮੱਥਾ ਟੇਕ ਕੇ ਨਾ ਜੀ ਤੇ ਬਾਹਰ ਆ ਗਏ, ਸਾਰੇ ਸਿੱਖ ਗੁਰੂ ਹਰਿਰਾਏ ਸਾਹਿਬ ਦੇ ਮੁੱਖ ਵੱਲ ਵੇਖਣ ਦੇ ਵੀ ਇਹ ਨਾ ਹੀ ਕਹਿਣ ਵੀ ਸਰੀਰ ਛੱਡ ਦਿੱਤਾ ਜੀ ਗੁਰੂ ਜੀ ਨੇ, ਇਹਨਾਂ ਦੇ ਮੁੱਖੋਂ ਇਹ ਗੱਲ ਨਾ ਹੀ ਨਿਕਲੇ। ਪਿਆਰ ਵਾਲਿਆਂ ਵਾਸਤੇ ਸੁਣਨਾ ਔਖਾ ਹੋ ਜਾਂਦਾ ਜੀ। ਹਾਂਜੀ, ਉਹ ਚਾਹੁੰਦੇ ਸੀ ਵੀ ਗੁਰੂ ਜੀ ਨਾ ਹੀ ਮੁੱਖੋਂ ਬੋਲਣ ਜੀ। ਬਾਬਾ ਸੂਰਜਮੱਲ ਜੀ, ਰਾਏ ਜੋਧ ਸਾਰੇ ਮੁੱਖ ਵੱਲ ਵੇਖਣ ਦੇ, ਗੁਰੂ ਹਰਿਰਾਏ ਸਾਹਿਬ ਨੇ ਬੜੀ ਹੌਲੀ ਜਿਹੀ ਆਵਾਜ਼ ਵਿੱਚ ਆਖਿਆ, ਭਲਿਓ ਸਾਡੇ ਸਤਿਗੁਰੂ ਸਰੀਰ ਛੱਡ ਗਏ ਨੇ ਜੀ। ਬਸ ਕਹਿਣ ਦੀ ਦੇਰ ਸੀਗੀ ਜੀ, ਵੈਰਾਗ ਸ਼ੁਰੂ ਕਰ ਦਿੱਤਾ ਜੀ। ਹਾਂਜੀ, ਆਪ ਜੀ ਵੀ ਸਾਰੇ ਆਖੋ, ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ। ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, 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 ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ। ਸੰਪੂਰਨ ਥੀਆ ਰਾਮ, ਸੰਪੂਰਨ ਥੀਆ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ। ਗੁਰਮੁਖੋ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਸਰੀਰ ਤਿਆਗਿਆ, ਬਾਹਰ ਆ ਕੇ ਗੁਰੂ ਹਰਿਰਾਏ ਸਾਹਿਬ ਨੇ ਖਬਰ ਦਿੱਤੀ, ਸਿੱਖੋ ਮਹਾਰਾਜ ਸਰੀਰ ਤਿਆਗ ਗਏ ਨੇ ਜੀ। ਬਸ ਉਸੇ ਵੇਲੇ ਨਾ ਜੀ, ਜਿਵੇਂ ਇੱਕਦਮ ਪਹਾੜ ਨਹੀਂ ਆ ਕੇ ਡਿੱਗਦਾ ਜੀ ਕਿਸੇ ਉੱਤੇ ਜੀ, ਐਸੀ ਅਵਸਥਾ ਬਣ ਗਈ, ਤਰਬਕ ਤਰਬਕ ਕਰਕੇ ਹੰਝੂ ਡਿੱਗਣ ਲੱਗ ਪਏ ਜੀ, ਨਹੀਂ ਸੁਣਿਆ ਜਾਂਦਾ ਜੀ ਸਿੱਖਾਂ ਕੋਲੋਂ। ਹਾਂਜੀ, ਕੀਜਹਿ ਤਿਆਰੀ ਬਿਲਮ ਬਿਸਾਰੀ, ਹਾਂਜੀ, ਸ਼੍ਰੀ ਹਰਿ ਰਾਏ ਸੁਭਾਨਾ ਸਾਦਰ। ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਚੰਦਨ ਦੀ ਲੱਕੜ ਲੈ ਕੇ ਆਓ, ਚੰਦਨ ਦੀ ਲੱਕੜ ਜੀ। ਗੁਰਮੁਖੋ ਜਿਹੜੇ ਸਿੱਖ ਚੰਦਨ ਦੀ ਲੱਕੜ ਲੈਣ ਗਏ ਨਾ ਜੀ, ਨਾਲੇ ਲੱਕੜਾਂ ਇਕੱਠੀਆਂ ਕਰਨ ਤੇ ਨਾਲੇ ਰੋਣ ਜੀ, ਬੈਰਾਗ ਕਰਨ ਦੀ ਉਹ ਜੀ, ਉਹ ਪੁੱਛਦਾ ਜੀ ਦੁਕਾਨਦਾਰ ਜਿੱਥੋਂ ਚੰਦਨ ਲੈਣੀ ਸੀ ਜਾਂ ਜਿੱਥੇ ਪਈ ਸੀ ਚੰਦਨ ਜੀ, ਉਹ ਭਾਈ ਪੁੱਛਦਾ ਵੀ ਕਿਉਂ ਖਰੀਦਣ ਲੱਗੇ ਹੋ, ਤੇ ਸਿੱਖ ਨਾਲੇ ਵੈਰਾਗ ਕਰਨ ਤੇ ਨਾਲੇ ਦੱਸਣ ਵੀ ਆਪਣੇ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕਰਨਾ ਭਾਈ, ਅਸੀਂ ਤਾਂ ਲੱਕੜ ਖਰੀਦਣਾ ਹੈ ਜੀ। ਮਹਾਰਾਜ ਨੇ ਕਿਹਾ, ਭਾਈ ਸਾਰੀ ਤਿਆਰੀ ਕਰੋ, ਆਪਾਂ ਗੁਰੂ ਜੀ ਦਾ ਸਰੀਰ ਬੜੇ ਸ਼ਾਨ ਦੇ ਨਾਲ ਮਹਾਰਾਜ ਜੀ ਦਾ ਸਰੀਰ ਬਾਹਰ ਕੱਢਾਂਗੇ ਜੀ। ਹਾਂਜੀ, ਤੇ ਨਾਲੇ ਗੁਰੂ ਜੀ ਨੇ ਆਖਿਆ ਵੀ ਰਾਏ ਜੋਧ ਨੂੰ ਆਖਿਆ, ਬਾਬਾ ਭਾਨਾ ਜੀ ਨੂੰ ਆਖਿਆ, ਬਾਬਾ ਸੂਰਜਮੱਲ ਜੀ ਨੂੰ ਆਖਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਿਆ ਵੀ ਤੁਸੀਂ ਕੋਠਾ ਸਾਹਿਬ ਦੇ ਅੰਦਰ ਆ ਜਾਓ ਭਾਈ। ਹੁਕਮ ਮੰਨ ਕੇ ਉਹ ਕੋਠਾ ਸਾਹਿਬ ਦੇ ਅੰਦਰ ਚਲੇ ਗਏ ਜੀ। ਹਾਂਜੀ, ਸੂਰਜਮੱਲ ਸ੍ਰੀ ਤੇਗ ਬਹਾਦਰ ਰਾਏ ਜੋਧ ਪੁਨਮੁਖ ਮਸੰਦ, ਹਾਂਜੀ, ਆਏ ਬਿਲੋਕੇ ਮਿਲ ਕੇ ਬ੍ਰੰਦ। ਗੁਰਮੁਖੋ
फिर सब तो पहला मत्था टेकया गुरु जी दे वड्डे पुत्तर ने जी बाबा सूरज मल जी ने गुरु जी दे छड़े हुए शरीर नू मत्था टेकया बाबा जी श्री गुरु तेग बहादुर साहिब राय जोध सारियां ने अंदर आके गुरु जी दे शरीर नू मत्था टेकया कुश आसन पर गुर पौंडाए सत द्रव को सच नीर अनाए सच्चे पातशाह गरीब नवाज जी श्री गुरु हरगोबिंद साहिब महाराज दे शरीर नू हुण लिटाउणा जी किसे दा ही आ ना पए भी महाराज जी दी जिहड़ी चौंकड़ी लगी ना उहनू खोलिया जावे जी ही आ ना पवे जी मन ना करे हिम्मत ही ना पवे जी ओह जिहड़ा चौंकड़ा लगा ही आप महाराज जी दा बाहवां फड़ीए गुरु जी दा पवित्र शरीर फड़ीए ते चौंकड़ा खोलीए जी ਇਹ ਬੜੇ ਵੱਡੇ ਸਤਿਗੁਰੂ ਐਡੇ ਬਲੀ ਸਨ ਘੋੜੇ ਵੀ ਦੋ ਦੋ ਰੱਖਣੇ ਪੈਂਦੇ ਹੁੰਦੇ ਸੀਗੇ ਜੀ ਹਾਂਜੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਫਿਰ ਸਰੀਰ ਦਾ ਚੌਂਕੜਾ ਗੁਰੂ ਹਰ ਰਾਇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਸੂਰਜ ਮੱਲ ਜੀ ਨੇ ਖੋਲਿਆ ਜੀ ਫਿਰ ਚੌਂਕੜਾ ਜੀ ਹਾਂਜੀ ਥੱਲੇ ਸੋਹਣੀ ਵਿਛਾਈ ਕੀਤੀ ਗਈ ਤੇ ਗੁਰੂ ਜੀ ਦੇ ਸਰੀਰ ਨੂੰ ਉੱਤੇ ਲਟਾਇਆ ਗਿਆ ਜੀ ਵਧੀਆ ਪਵਿੱਤਰ ਜਲ ਲਿਆ ਕੇ ਅੰਦਰ ਹੀ ਇਸ਼ਨਾਨ ਕਰਾ ਦਿੱਤਾ ਜੀ ਗੁਰੂ ਜੀ ਦੇ ਸਰੀਰ ਨੂੰ ਹਾਂਜੀ ਮਿਲ ਬਹੁ ਕਰਵਾ ਇਸ ਇਸ਼ਨਾਨ ਮੁਖ ਕੀ ਜੋਤ ਸੁਜੀਤ ਸਮਾਨ ਪਰ ਗੁਰਮੁਖੋ ਜਦੋਂ ਸਾਰੇ ਮਹਾਰਾਜ ਜੀ ਦਾ ਮੁਖ ਵੇਖਦੇ ਸੀ ਨਾ ਜੀ ਮੁਖ ਵੇਖ ਕੇ ਇਉਂ ਨਹੀਂ ਹੀ ਲੱਗਦਾ ਵੀ ਜਿਵੇਂ ਸਰੀਰ ਛੱਡ ਦਿੱਤਾ ਹੋਵੇ ਜੀ ਇਉਂ ਲੱਗਦਾ ਸੀ ਵੀ ਹੁਣੇ ਹੀ ਬੋਲ ਪੈਣਾ ਗੁਰੂ ਜੀ ਨੇ ਜੀ ਇੰਨਾ ਅੰਦਰ ਸਾਰਿਆਂ ਦੇ ਬੈਰਾਗ ਇਉਂ ਲੱਗਦਾ ਗੁਰੂ ਜੀ ਦਾ ਚਿਹਰਾ ਜਗਦਾ ਸੀਗਾ ਜੀ ਐ ਚਿਹਰੇ ਤੇ ਲਾਲੀਆਂ ਪੱਖਦੀਆਂ ਸਨ ਇਉਂ ਲੱਗਦਾ ਜਿਵੇਂ ਹੁਣੇ ਹੀ ਗੁਰੂ ਜੀ ਨੇ ਬੋਲ ਪੈਣਾ ਜੀ ਹੁਣੇ ਹੀ ਬੋਲ ਪੈਣਾ ਗੁਰੂ ਕੇ ਸਿੱਖ ਬੜੇ ਬੈਰਾਗੀ ਹੋ ਗਏ ਮਾਤਾਵਾਂ ਨੂੰ ਪਤਾ ਲੱਗਾ ਉਹ ਤੇ ਅੱਗੇ ਬਹੁਤ ਬੈਰਾਗ ਵਿੱਚ ਸਨ ਜੀ ਹੋਰ ਬੈਰਾਗ ਵਿੱਚ ਹੋ ਗਏ ਸੰਗਤਾਂ ਬੈਰਾਗ ਵਿੱਚ ਹੋ ਗਈਆਂ ਜਿਹੜੇ ਸਿੱਖ ਗੁਰੂ ਸਾਹਿਬ ਵਾਸਤੇ ਫੁੱਲ ਤਿਆਰ ਕਰਨ ਦੇ ਨਾ ਮਾਲਾਵਾਂ ਉਹ ਆਪਣਾ ਵੱਖਰਾ ਬੈਰਾਗ ਕਰਨ ਦੇ ਹਾਂਜੀ ਬਸ ਬੜਾ ਸੰਕੋਚ ਕਰੀਦਾ ਸੀ ਵੀ ਪ੍ਰਸੰਗ ਨਾ ਹੀ ਆਵੇ ਜੀਏ ਕਿਉਂ ਬਹੁਤ ਆਨੰਦ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਸੁਣ ਕੇ ਅਤੇ ਆਹ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਨੇ ਬਹੁਤ ਦੂਰ ਦੂਰ ਤੱਕ ਮਸ਼ਹੂਰ ਕਰ ਦਿੱਤਾ ਜੀ ਗੁਰੂ ਜੀ ਦੀ ਕਥਾ ਕਰਨ ਵਾਲੇ ਉਹਨਾਂ ਨੂੰ ਕਮੀਆਂ ਨਹੀਂ ਰਹਿੰਦੀਆਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਕਿੱਡੇ ਮਹਾਨ ਹੋਣਗੇ ਜੀ ਹਾਂਜੀ ਬਸ ਜਿੰਨੀ ਉਪਮਾ ਕਰੀ ਜਾਓ ਥੋੜ੍ਹੀ ਹੈ ਜੀ ਥੋੜ੍ਹੀ ਹੈ ਜੀ ਅੱਗੋਂ ਫਿਰ ਪ੍ਰਸੰਗ ਗੁਰੂ ਜੀ ਦਾ ਕਿਸ ਤਰ੍ਹਾਂ ਸਰੀਰ ਦਾ ਸੰਸਕਾਰ ਕੀਤਾ ਜਾਏਗਾ ਉਹ ਪ੍ਰਸੰਗ ਤੇ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਬਸ 50 ਸਾਲ ਦੀ ਵੀ ਪੂਰੀ ਉਮਰ ਨਹੀਂ ਹੈਗੀ ਜੀ ਅਜੇ 49 ਸਾਲ ਜੀ ਅਤੇ ਗੁਰੂ ਜੀ ਨੇ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਜੀ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵੇਖੋ ਕਿੱਥੋਂ ਬਚਪਨ ਤੋਂ ਆਰੰਭ ਹੋਏ ਜੀ ਹਾਂਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਾਂਜੀ ਜੋ ਸਰੀਰ ਤਿਆਗ ਚੁੱਕੇ ਜੀ ਮਾਤਾ ਗੰਗਾ ਜੀ ਨੂੰ ਗੰਢਾ ਭੰਨ ਕੇ ਕਹਿਣ ਲੱਗੇ ਗੰਗਾ ਜੀ ਮਾਤਾ ਜੀ ਉਹ ਪੁੱਤਰ ਪੈਦਾ ਹੋਵੇਗਾ ਜਿਵੇਂ ਮੈਂ ਗੰਢਾ ਭੰਨਿਆ ਉਵੇਂ ਦੁਸ਼ਟਾਂ ਦੇ ਸਿਰ ਭੰਨੇਗਾ ਜੀ ਹਾਂਜੀ ਅਤੇ ਜਿਸ ਦਿਨ ਗੁਰੂ ਜੀ ਦੀ ਆਮਦ ਹੋਈ ਸੀ ਨਾ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਅਤੇ ਮਾਤਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਹਿਣ ਲੱਗੇ ਬੜੇ ਵੱਡੇ ਸਮਰੱਥ ਆਏ ਨੇ ਅੱਜ ਸਾਡੇ ਘਰੋਂ ਖਾਲੀ ਕੋਈ ਨਾ ਜਾਏ ਜੀ ਖਾਲੀ ਤਾਂ ਅੱਗੇ ਵੀ ਨਹੀਂ ਕੋਈ ਜਾਂਦਾ ਹੁੰਦਾ ਜੀ ਪਰ ਪਹਿਲਾਂ ਹੀ ਬਚਨ ਕਰ ਦਿੱਤੇ ਵੀ ਖਾਲੀ ਕੋਈ ਨਾ ਜਾਏ ਅੱਜ ਸਾਡੇ ਘਰ ਬੜੇ ਵੱਡੇ ਭਾਰੀ ਪੁਰਸ਼ ਆਏ ਨੇ ਜੀ ਹਾਂਜੀ ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਚੌੜਾ ਵੇਖਿਆ ਅਤੇ ਨਾਮ ਰੱਖਿਆ ਇਹ ਤਾਂ ਮੇਰਾ ਹਰਗੋਬਿੰਦ ਹੈ ਕਹਿਣ ਲੱਗੇ ਜੀ ਹਾਂਜੀ ਉਹਦੇ ਤੋਂ ਬਾਅਦ ਆਪ ਸਾਰੀ ਬਾਬਾ ਜੀ ਨੇ ਵਿੱਦਿਆ ਦਿੱਤੀ ਜੀ ਫਿਰ ਸਤਿਗੁਰੂ ਗੁਰੂ ਅਰਜਨ ਸਾਹਿਬ ਅਕਾਲ ਤਖਤ ਸਾਹਿਬ ਅਤੇ ਗੁਰਤਾ ਗੱਦੀ ਪਹਿਲਾਂ ਹੀ ਦੇ ਗਏ ਕੋਠਾ ਸਾਹਿਬ ਦੇ ਅੰਦਰ ਜੀ ਗੁਰਤਾ ਗੱਦੀ ਵੀ ਕੋਠਾ ਸਾਹਿਬ ਦੇ ਅੰਦਰ ਮਿਲੀ ਅਤੇ ਸਰੀਰ ਵੀ ਇੱਕ ਕੋਠਾ ਸਾਹਿਬ ਅੰਦਰ ਹੀ ਤਿਆਗ ਗਿਆ ਜੀ ਹਾਂਜੀ ਉਹਦੇ ਤੋਂ ਬਾਅਦ ਗੁਰੂ ਸਾਹਿਬ ਬਣ ਕੇ ਜੋ ਕੀਤਾ ਲਗਭਗ 38 ਕੁ ਸਾਲਾਂ ਦਾ ਸਮਾਂ ਬਣਦਾ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਰਹੇ ਜੀ ਹਾਂਜੀ ਮਹਾਰਾਜ ਨੇ ਬੜੇ ਕਾਰਜ ਕੀਤੇ ਜਿਹੜਾ ਸਿੱਖ ਜਿੱਥੇ ਆਜ਼ਾਦ ਕਰਦਾ ਹੁੰਦਾ ਸੀ ਉੱਥੇ ਸ਼ਹਿਦ ਲੈ ਕੇ ਆਇਆ ਸੀ ਗੁਰੂ ਕਾ ਸਿੱਖ ਸਿੱਖ ਨੇ ਮੰਗਿਆ ਨਹੀਂ ਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਅੱਗੇ ਲੈ ਕੇ ਆਇਆ ਮਹਾਰਾਜ ਕਹਿਣ ਲੱਗੇ ਜਿਹੜੀ ਚੀਜ਼ ਸਾਡੇ ਸਿੱਖਾਂ ਦੇ ਕੰਮ ਨਹੀਂ ਆਈ ਉਹ ਸਾਡੇ ਕੰਮ ਵੀ ਨਹੀਂ ਆਏਗੀ ਜੀ ਅਤੇ ਸ਼ਹਿਦ ਵਿੱਚ ਕੀੜੇ ਚੱਲਣ ਲੱਗ ਪਏ ਸੀਗੇ ਜੀ ਇੰਨਾ ਪਿਆਰ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕੀਤਾ ਵੀ ਕਹਿਣ ਕਥਨ ਤੋਂ ਪਰੇ ਹੈਗਾ ਜੀ ਉਹ ਪਿਆਰ ਜੀ ਸੱਚੇ ਪਾਤਸ਼ਾਹ ਮਿਹਰ ਕਰਨ ਆਖੋ ਸਾਰੇ ਜੋਤੀ ਜੋਤ ਰਲੀ
ज्योति ज्योत रड़ी ज्योति ज्योति ज्योत रड़ी ज्योति ज्योत रड़ी ज्योति ज्योत रड़ी ज्योति बस चौंकड़ा जो महाराज का चौंकड़ा खोलिया होगा की बीती होगी जी उन्होंने मन से जी हाँ जी जिन्हों का प्यार है उन्होंने वास्ते गल्लां सहनिया औखिया हो जाएं जी उधर 47 साल की उम्र सी ते अज दे दिन श्री गुरु रामदास साहब ने प्रभपुर पियाना किया जी 47 साल की उम्र सी जी गुरदा गद्दी अपने पुत्र जी नूं दित्ती श्री गुरु अर्जन साहब जी नूं ते 47 साल की उम्र कोई बहुती थोड़ी हुंदी है जी हाँ जी अजे बंदे की जवानी चलन दी हुंदी जी उस समय ते पट हरबंस जी ने एक गल आखी उन्हें आख्या देवपुरी मह गयो आप परमेश्वर पायो अज के आखो वाहिगुरु गुरु जी किथे गए जी शरीर त्यागण तो बाद देवपुरी मह गयो आप परमेश्वर पायो हर सिंघासन दियो श्री गुरु तह बिठायो परमेश्वर आदर दिता पार ब्रह्म परमेश्वर जी ने आप अपना सिंघासन दिता तुसी इत्थे बैठोगे जी क्यों साई मियां मीर जी ने आख्या सी ना जी साई मियां मीर जी ने जहांगीर नूं आख्या सी जहांगीर जदों सुरत करके खुदा दी बारगाह विच जाने आ खुदा दे मुख अस्थान ते गुरु हरगोबिंद साहब बैठे हुंदे कहन लगे उत्थे इन्हां दे ही दर्शन हुंदे इहो ही मालक ने इन्हां दे सानू दर्शन हुंदे ही हाँ जी उहो ही बचन पट साहबान लिखते हर सिंघासन दियो श्री गुर तह बिठायो रहस कियो सुरदेव तोहे जस जय जय जंपै सारिया ने वड्डे वड्डे देवतियां ने भी जय जयकार कीती जी ते नाल असुर गए तेह भाग पाप तिन भीतर कंप है ते पट साहब लिखते गुरु रामदास जी बारे अज के आखो वाहेगुरु ओ कहिंदे काटे सो पाप तिन नर हो के गुर रामदास जी ने पायो जिन्हां ने गुरु रामदास जी की प्राप्ति कर ली भाव सतगुरु की प्राप्ति कर ली उन्हां दे जिंदगी दे पाप ही कटे गए जी नास हो गए पाप जी पापे महाराज सच्चे पातशाह दे बारे लिखदे काटे सो पाप तिन नर हो के गुर रामदास जी ने पायो छत्र सिंघासन पृथ्वी गुर अर्जन को दे आयो हाँ जी आप सच्चे पातशाह महाराज सचखंड तो भी अगे जिहड़ी गुरु के सिखां दी पुरी है उत्थे इधर धरती का राज दिता गुरु अर्जन साहब जी नूं उस तरह ही आप गुरु हरगोबिंद साहब हुण सचखंड धरती का राज दे दिता श्री गुरु हर राय साहब जी नूं जी सो गुरु हरगोबिंद साहब जी की कथा करदे आ बहुत लम्मा समा गुरु हरगोबिंद साहब जी की कथा चली लगभग 2 साल गुरु जी की कथा चलती रही जी चैनल वालों 10 महीने तो वह समा चला जी इन्हों संगत नूं कथा सुनाई जी सच्चे पातशाह मेहर करन बहुत दूर दूर तक गुरु हरगोबिंद साहब जी की कथा संगत ने सुनी तुसी इस अस्थान ते सुनी है बस एक गल पक्की रखियो जो जो आप सब संगतां ने सुनिया गुरु जी की कृपा नाल सानू गरीबां नूं बोलण दा मौका मिलिया जी ए गुरु जी की कृपा ते जिंदगी विच बस जिहड़ा समा लंघ गया सो लंघ गया जी हुण सुन लिया जी फिर पता नहीं जदों कथा शुरू होनी है साल 10 सालां बाद ऐसा इतिहास आउंदा जी जिहड़ा इतिहास चलदा होवे बंदे दे मन दा वैसा ही माहौल बन जांदा जी वैसा ही माहौल बन जांदा सच्चे पातशाह गरीब नवाज जी मेहर करन धरो गुरु हरगोबिंद साहब दे चरणां दा ध्यान झोली अड्डो गुरु हरगोबिंद साहब अगे महाराज सच्चे पातशाह शरीर त्यागण वेले तुसीं हर एक नूं आख्या सिखो जो मंगणा ते मंग लो फिर ना आख्यो सानूं दस के नहीं गए महाराज कहन लगे साडी पूरी पूरी तैयारी ते जो किसे ने मंगणा मंग लो जी हाँ जी ते गुरु साहब कोलो महाराज सच्चे पातशाह नूं आखो महाराज मंगणा मंगन नीका हर जस गुर ते मंगना महाराज ऐसी कृपा करो साडे ते सच्चे पातशाह सानू अपने चरणा नाल रला लो महाराज सदा तुहाडा जस करदे रहीए सदा तुहाडी सिफत करदे रहीए
सदा तुहाडी महिमा करदे रहीए। साडे ते ऐसी कृपा करो, जोड़ो हाथ ते आखो मोहे गरीब को ले हो रलाए, मोहे गरीब को ले हो रलाए जी मोवे रलाए मोहे। धन धन सतगुरु हमारा, धन धन सतगुरु हमारा, धन सतगुरु गुरु हमारा, अंदरों गुरु जी नूं धन आखो, बहुत कुछ प्राप्त होएगा जी। जेड़ा गुरु जी नूं धन आखेगा उन्हूं बड़ा ही कुछ मिलना जी, बड़िया ही बख्शिशां मिलनियां। आखो सारे धन धन सतगुरु हमारा, धन धन सतगुरु हमारा, धन सतगुरु हमारा, धन सतगुरु हमारा, धन धन सतगुरु हमारा, धन धन सतगुरु हमारा, धन धन सतगुरु हमारा, सतगुरु हमारा, मिल मेरे प्रीत मां जियो, तुद बिन खरी निमाणी, मिल मेरे मां जियो, तुद बिन खरी निमाणी, मैं नैनी नींद ना आवे जियो, पावे अन्न ना पानी, मैं नैनी नींद ना आवे जियो, पावे अन्न ना पानी, पानी अन्न ना पावे, मरिए हावे बिन पेर क्यों सुख पाइए, पानी अन्न न पावे मरिए हावे बिन पेर क्यों सुख पाइए, गुर आगे करो बेनंती जे गुर पावे, ज्यों पावे तिवे मिलाइए, गुर आगे करो बिनंती गुर पावे, ज्यों पावे तिवे मिलाइए, आपे मेल लए सुख दाता, आप मिलिया कर आए, मेल लए सुख दाता, आप मिलिया कर आए, नानक कामण सदा सुहागण, ना पेर मरे ना जाए, नानक कामण सदा सुहागण, ना पेर मरे ना जाए, मिल मेरे प्रीत मां जियो, तुद बिन खरी निमाणी, मिल मेरे माजियो, तुद बिन हरे ने माने, मिल
मेरे प्रीतमा जियो तुद बिन खरी मा मिल मेरे प्रीतमा जियो तुद बिन खरी मिल मेरे प्रीतमा जियो तुद बिन खरी धन धन सतगुरु हमारा धन धन सतगुरु हमारा धन धन सतगुरु हमारा धन धन सतगुरु हमारा। कल्ली अज की कथा नहीं जी, कल्ली अज वाली कथा ही नहीं, गुरु हरगोबिंद साहब जी की कथा सारी करद्या होइया भुलां चुकां दी खिमा बख्शनी। वैसे यह भी साडा ही भुलेखा भी अहीं गुरु साहब जी की सारी कथा कर ली, कौन कर सकदा जी कथा जी? गुरु दे ते इक दिन की कथा नहीं जी हो सकती, तो सारे जीवन की कथा तो एवें गल्लां ही ने, गुरु जी की कथा नहीं हो सकती जी। जिन्ना कु गुरु जी ने बुलाया आप बुलाया अहीं नहीं बोले जी। हाँ जी, कोई अपनी चतराई नहीं, कोई वाक नहीं, गुरु जी की अपनी मर्जी, जिने मर्जी सिर ते हथ रख के सेवा लैन जी। होइया भुलां चुकां दी खिमा, दोवें हथ जोड़ो गज के फतेह बुलाओ जी। वाहिगुरु जी का खालसा वाहिगुरु।